Yeah.
ਜਿਹਨਾਂ ਨੂੰ ਗਿਆਨ ਪ੍ਰਾਪਤ ਨਹੀਂ ਹੋਇਆ
માનવ ગુરુ ગ્રંથ આવે ભોજન કરી ચડાઈ કરી પર દરબાર કરતા નિયમ કરું તો રહ્યા કે આપને ભી આપતા
बाबा बुढ़ा जी वर्ते नन भाई जेठा प्राणा नन बाबा मांझ जी भाई सरदार जी मियां जी तो एकता करके गुरुदास जी ने चीजें हैं सिक्की एक सागर जी बार आज सिखा दे प्रचार में सिक्की लोग खूब मनमान जरूर कीता हो ऐसा पौड़ा बना देना हो गया है ना जी आज तक देखने में एक मास से नाम लिया कि मुझे तो नाम की गई किधर का नंबर नाम दे रहे आज तक नाम दे रहे अपने जाना आज की किताब संख्या की दुनिया की खाली भेजा भी हो रही है शायद वैसे ना ये गुरु ग्रंथ साहब के संख्या का ना 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 करते तो पता नहीं आज मैं देखा था कि पहाड़ का जो जाओ के साल उस पड़े वाले देव नगाड़ा देव बेचनी आती ना भी तेरे नाट पतियां कदे दो होनी चाहिए एक दास भी एक ब्राह्म क्या नहीं थी एक जगह संख्या की दुनिया करता तो दो ताजा जल्दी गज के बोलो कैसे कैसे आई और जी के सांसुर नहीं मानते मैं तुम पूछना चाहो ना कि जो तो गुरु नानक साहब जी को ना भी पिता ने 20 रुपए देते थी जा के सच्चा सौदा करके आ कि महाराज ने भला सच्चा सौदा केड़ा कीता जिला उतर ने जो जिधर दूर जाने रहे उसे सामने की मंडली भजनाले महापुरुष भी बैठी थी भाई माला जी को कहना लगे इन्हें महात्मा को भोजन कराने के बराबर हो सच्चा सौदा केड़ा होता उन्हें तो कहता हूँ संगीत देवा की लोड़ नहीं कहता हूँ मैं सागर की लोड़ नहीं ये तो गुरु मानने हैं अरे वो तो जिन्हें पिता ने बीर पैक ले जा सचा सौदा कर यार वो साल में पचंदा का भोजन चुकाया ते तेजा से नौ जी गुरनान के लोग बीर पैक लेते हैं उनके नजर जा रहा है तेजा देख ना उन्हें ते जिन्हें गुरी भी आ जा रहा है ना दूसरे पास आज उन्हें मां पर कभी निर्यात के दुआ को दले किया है देखिए तुम घोड़ा के ना दुकान लाया था ਜਿਹੜੇ ਜਿਹੜਾ ਗੁਰਮਤ ਦੇ ਚਾਰ ਅੰਦਰ ਮਾਰਦੇ ਤੇ ਸਾਰੇ ਤੇ ਘਰ ਦਾ ਦਾਦਾ ਵਾਸਤੇ ਜਾ ਕੇ ਦੇਖੋ ਕੀ ਬਣਿਆ ਹੋਇਆ ਜਿੱਥੇ ਕੋਈ ਸਾਧੂ ਨਹੀਂ ਸੰਗਤ ਕਰਦਾ ਪੂਰਾ ਵਾਤਾਵਰਨ ਕਿਹਨਾਂ ਦਾ ਕੀ ਹੈ ਕੋਈ ਸਾਧੂ ਖਰਾਬ ਨਹੀਂ ਦਾ ਕੋਈ ਲਾਭ ਬੰਦਾ ਕੋਈ ਹੋਰ ਆਉਣਾ ਹੈ ਤੇ ਜਿਹੜੇ ਆਪਣੇ ਜਗੇ ਨਾਲ ਹੁੰਦੇ ਉਹ ਕੱਢਦੇ ਉਹਨਾਂ ਦੇ ਸ਼ਰਾਬਾਂ ਦੇ ਨਾਲ ਗੱਲ ਨਹੀਂ ਕਰਦੇ ਤੇ ਨਿਲਿਆ ਗੱਲ ਹੁੰਦੀ ਕਰੀ ਜਾਂਦੇ ਵੱਡੇ ਵੱਡੇ ਲੀਡਰ ਜਿਹੜੇ ਗੁਰਦੁਆਰੇ ਸਾਹਮਣੇ ਹੋ ਕੇ ਬਹਿਣੇ ਨਾ ਵਾਪਸ ਭੁੱਲਦੇ ਹੈ ਦਰਅਸਲ ਇਹ ਬੇਲਤੀਆਂ ਹੈ ਵਾਪਸ ਜੀਵਨ ਦੇ ਸਾਰਾ ਜਿਹੜਾ ਪਦ ਆਪਣਾ ਜੀਵਨ ਹੈ ਬਾਬਾ ਆਦਰ ਜੀ ਮਹਾਰਾਜ ਨੇ ਦਸ
ਜਿਹੜੀਆਂ ਸਾਧੂਆਂ ਆਪਣੇ ਨੂੰ ਜ਼ਿੰਮੇਵਾਰ ਦੱਸੇ ਬੰਦੀਆਂ ਪਾਉਣੀਆਂ ਅਸੀਂ ਪੈਂਤੀ ਵਾਲੇ ਇਹਨਾਂ ਪਰ ਵਾਲੇ ਗੱਲ ਬੋਲੋ ਮਹਾਂਪੁਰਖ ਜੀ ਬਾਬਾ ਗੁਰਦੈਵ ਸਿੰਘ ਜੀ ਦਰਬਾਰ ਤਾਂ ਬੈਠੇ ਹੁੰਦੇ ਸੀ ਘੇਰਾ ਪਿਆ ਹੁੰਦਾ ਸੀ ਤੇ ਜਿਹਦੇ ਮਹਾਂਪੁਰਖ ਬੈਠੇ ਸੀ ਕਥਾ ਦੇਰ ਦਾ ਗਿਆਨੀ ਵਕੀਲ ਨੇ ਹੱਕ ਸ਼੍ਰੋਮਣੀ ਕਮੇਟੀ ਦੇ ਮੈਂਬਰ ਸਨ
ਨਹੀਂ ਕਹਿੰਦੇ ਅੱਜ ਮੈਂ ਸੇਵਾ ਕਰਾਂਗਾ। ਕਹਿੰਦੇ ਇੱਥੇ ਆਸ ਪਾਸ ਮਹਾਂਪੁਰਖ ਕਰਦੇ ਹੁੰਦੇ ਆ ਬਹੁਤ ਜ਼ਿਆਦਾ। ਕਹਿੰਦੇ ਅੱਜ ਜੀ ਨਾਮ ਸੁਣੋ, ਬਾਬਾ ਜਵਾਲਾ ਸਿੰਘ ਜੀ ਮਹਾਰਾਜ ਨੂੰ ਸ਼ਰਧਾਲੂ ਸਨ, ਬਾਬਾ ਜੀ ਸਿੰਘ ਦਲੇਰੀ ਆਇਆ ਸੀ। ਕਹਿੰਦੇ ਉਹਨੇ ਕਥਾ ਦੱਸਣਾ ਹੈਗਾ, ਧੰਨਵਾਦ ਆ ਕੇ ਮੇਰੇ ਕੋਲ ਜਾ ਕਥਾ ਤੇ ਸਾਰਿਆਂ ਨੇ ਚੌਂਕੜੇ ਲਾਏ ਸਮਾਜ ਸਮੱਸਿਆ ਦਾ। ਬਾਅਦ ਚ ਬੋਲੇ ਕਹਿਣ ਲੱਗੇ ਸਾਡੇ ਆਜ਼ਾਦੀਆਂ ਨੇ ਵਿਜੇਤਾ ਦੇ ਮਰਦਿਆਂ ਦੇ ਮੇਲਾ ਹੁੰਦਾ, ਪਰ ਆਹ ਮਾਰ ਕਰੀ ਦੇਖਿਆ ਵੀ ਚੌਂਕੜੇ ਮਾਰਦੇ ਸਨ ਸਰਦਾਰ ਨੇ। ਕਹਿੰਦੇ ਇੱਕ ਮਹਾਂਪੁਰਖ ਆਇਆ, ਉਸਨੇ ਮਰਦਿਆਂ ਦੇ ਲੋਕਾਂ ਨੂੰ ਬਹਿਣਾ ਸਿਖਾ ਦਿੱਤਾ। ਸਾਧੂ ਦਾ ਨਾ ਬਹਿਣਾ ਨਾ ਬਹਿਣਾ ਨਾ ਬਹਿਣਾ ਨਾ ਬਹਿਣਾ ਕੋਈ ਜਾਂਚ ਆ ਹੀ ਨਹੀਂ ਸਕਦੀ। ਮਹਾਂਪੁਰਖਾਂ ਦੇ ਕੁੱਤਿਆਂ ਦੀ ਕਈ ਭਾਈ ਨਹੀਂ ਹੁੰਦੀ। ਅੱਜ ਰਾਤ ਕੁੱਤੇ ਖੁੱਟਾ ਹੁੰਦਾ ਸੀ ਰਾਜ, ਜਿਹੜੇ ਕਥਾ ਕੀਰਤਨ ਹੋਣਾ ਨਾ ਗੁਰਦੁਆਰੇ ਕੋਈ ਪੈਰ ਪਸਾਰ ਕੇ ਬੈਠਾ ਰਹਿਣਾ, ਜਿਹਨੇ ਭੋਗ ਪੈਣਾ ਸੰਗਤ ਚੱਲ ਜਾਣਾ, ਪ੍ਰਸ਼ਾਦ ਪੈਣਾ ਸਾਰੀ ਸੰਗਤ ਤੋਂ ਬਾਅਦ ਰੱਖੇ ਜਾਣਾ। ਤੇ ਦੁਨੀਆਂ ਦੇ ਜਿਹੜੇ ਲੋਕ ਆ ਉਹ ਕਰਮਿਆਂ ਦੇ, ਉਹਨਾਂ ਦੇ ਕੁੱਤਿਆਂ ਨੂੰ ਵੀ ਗਰੀਬ ਆ ਜਾਂਦੀ। ਜਿਹੜੇ ਮਹਾਂਪੁਰਖ ਨੇ ਸੰਗਤ ਕਰਦੇ, ਜਿਹੜੇ ਲੋਕਾਂ ਨੇ ਸਾਧ ਨੂੰ ਸੰਗਤ ਦੇਖੀ, ਉਹਨਾਂ ਨੂੰ ਮਨੁੱਖਾਂ ਦਾ ਜੀਵਨ ਕੁੱਤੇ ਆ ਗਿਆ। ਬੋਲਣ ਦੀ ਗਰੀਬਾਂ ਨੂੰ, ਸਲਵਾਉਣ ਦੀ ਗਰੀਬਾਂ ਨੂੰ, ਬੈਠਣ ਦੀ ਗਰੀਬਾਂ ਨੇ, ਹਾਜ ਸਪੀਕਰ ਕਰਨ ਦੀ ਕੋਈ ਗਰੀਬ ਨਹੀਂ ਹੁੰਦੀ। ਬਿਨਾਂ ਸਾਧੂ ਤੋਂ ਕਦੀ ਸੋਝੀ ਪਿਆਰੋ ਆ ਹੀ ਨਹੀਂ ਸਕਦਾ। ਇਹ ਗੱਲ ਸਾਰਾ ਰਾਤ ਗੁਰ ਕਰ ਲਓ। ਇਸ ਕਰਕੇ ਪੂਰਨ ਗੁਰਨਾ ਦੀ, ਬ੍ਰਹਮ ਵਿਦਿਆ ਦੀ, ਵਿਦਵਾਨਾਂ ਦੀ, ਗਿਆਨਵਾਨਾਂ ਦੀ ਸਾਨੂੰ ਦਇਆ ਕਰੋ। ਜੇ ਮੈਂ ਤੁਹਾਨੂੰ ਸਾਰਾ ਲੱਗੇ ਕਿ ਸਿੱਖੀ ਪੈਦਾ ਵੀ ਦਿੰਦੀ, ਸਿੱਖੀ ਨੂੰ ਜਾਗਰੂਕ ਮਹਾਂਪੁਰਖ ਕਰਦੇ। ਜਿਹੜੇ ਗੁਰੂ ਗ੍ਰੰਥ ਨੂੰ ਆਪਾਂ ਗੁਰੂ ਮੰਨਦੇ ਹਾਂ, ਜਿਹਦੇ ਗੁਰੂਆਂ ਦੀ ਬਾਣੀ ਹੈ, ਸੰਤਾਂ ਦੀ ਬਾਣੀ, ਭਗਤਾਂ ਦੀ ਬਾਣੀ, ਇਹਨਾਂ ਦੇ ਸਵੇਰ ਵਾਲਾ ਗੁਰਬਾਣੀ ਲੱਗਦੀ ਬੋਲੋ ਸਤਨਾਮ। ਸਰੀਰ ਸੰਤ ਬੈਠਾ, ਕੀਰਤਨ ਸੰਤ ਬੈਠਾ, ਰਾਮਾਨੰਦ ਸੰਤ ਬੈਠਾ, ਹਾਂਜੀ ਕੀਪਾ ਰਾਮਾਨੰਦ ਦਾ ਚੇਲਾ ਬੈਠਾ, ਕਬੀਰ ਰਾਮਾਨੰਦ ਸੰਤ ਦਾ ਚੇਲਾ ਬੈਠਾ, ਰਵਿਦਾਸ ਦਾ ਚੇਲਾ, ਨਾਮਦੇਵ ਸਵਾਮੀ ਗਿਆਨੇਸ਼ਵਰ ਦਾ ਚੇਲਾ, ਸੰਤ ਦਾ ਚੇਲਾ ਬੈਠਾ, ਬੈਠੇ ਨੇ ਚੇਲੇ ਸੰਤਾਂ ਦੇ। ਹਾਂਜੀ ਹਾਂਜੀ ਗੁਰੂ ਗ੍ਰੰਥ ਸਾਹਿਬ ਦੇ ਗੁਰੂ ਜੀ ਮੰਨਦੇ, ਅੱਜ ਵਿੱਚ ਸੰਤ ਬੈਠੇ ਨੇ, ਪਤਾ ਹੀ ਨਹੀਂ ਲੱਗਦੇ ਚੇਲੇ ਨੇ। ਜਿਹੜੇ ਭੋਗ ਲੱਗਦੇ ਨਾ ਸੰਤਾਂ ਨੂੰ ਭੋਗ ਨਹੀਂ ਲੱਗਦਾ, ਕਿੱਡਾ ਵੱਡਾ ਅਨਿਆਂ ਕੀਤਾ ਜਾ ਰਿਹਾ, ਕਿੱਡੇ ਵੱਡੇ ਲੋਕ ਭੁੱਲ ਵਿੱਚ ਪਏ ਹੋਏ। ਗੁਰੂ ਗ੍ਰੰਥ ਸਾਹਿਬ ਤਾਂ ਕਹਿੰਦੇ ਕਿ ਸੰਤ ਦੇ ਡੱਕ ਲੱਗ, ਕਿਤੇ ਮਹਾਂਪੁਰਖ ਦੀ ਸੰਗਤ ਦਾ, ਇਹਨੂੰ ਮਹਾਂਪੁਰਖਾਂ ਦੀ ਸੰਗਤ ਤੋਂ ਦੂਰ ਹੀ ਰਹੇ। ਸਾਨੂੰ ਗੁਰੂ ਗ੍ਰੰਥ ਸਾਹਿਬ ਦੇ ਡੱਕ ਲਾਏ ਜਾਂਦੇ ਆ, ਗੁਰੂ ਗ੍ਰੰਥ ਸੰਤਾਂ ਦੇ ਡੱਕ ਲਾਏ ਜਾਂਦਾ। ਉਸ ਪ੍ਰੋਚ ਆਪਣੀ ਸਭਾ ਨੂੰ ਸੰਤਾਂ ਦੀ ਸਭਾ ਕਿਹਾ, ਜਿਹੜੇ ਫੇਰ ਕਰ ਦਿੱਤੇ ਗਿਆ ਮਹਾਰਾਜ ਸਿੱਧ ਸਭਾ ਕਰੇ ਆਸਣ ਬੈਠੇ, ਸਾਨੂੰ ਸਭਾ ਕਿਆ ਕਾਰੂ ਸਿੱਧ ਆ ਕਿਆ ਰਹੇ ਰਾਮ ਸਮਾਜੀ ਸਾਚਾ ਪਰਵਤ ਕਰੂ, ਆਪਣੀ ਸਭਾ ਨੂੰ ਸੰਤਾਂ ਦੀ ਸਭਾ ਕਿਹਾ। ਨੌਜਵਾਨ ਸਭਾ ਵੀ ਅੱਜ ਉਦਿਆਂ ਦੀ ਸਭਾ ਬਣੀ ਹੋਈ, ਬਾਜੀਗਰਾਂ ਦੀ ਸਭਾ ਬਣੀ ਹੋਈ, ਸਿੰਘ ਸਭਾ ਵੀ ਬਣੀ ਹੋਈ ਹੈ। ਹੈ ਕਿਸੇ ਸਭਾ ਦਾ ਨਾਂ ਨਹੀਂ ਗਿਣਿਆ, ਸੰਤਾਂ ਦੀ ਸਭਾ ਨੂੰ ਗਿਣਿਆ, ਸੰਤਾਂ ਦੀ ਸਭਾ ਅਜੇ ਕਰਾਇਆ, ਸਾਨੂੰ ਸਭਾ ਕਿਹਾ, ਸੰਤਾਂ ਦੀ ਸਭਾ ਵੀ ਜੈ ਜੈ ਕਾਲ, ਕਿਉਂਕਿ ਗੁਰੂ ਨਾਨਕ ਨਾਲ ਸੰਤ ਮੰਡਲੀ ਬੈਠੀ, ਉਹ ਸਿੱਧ ਸਭਾ ਸੀ। ਇੱਧਰ ਗੁਰੂ ਨਾਨਕ ਨਾਲ ਸੰਤਾਂ ਦੀ ਮੰਡਲੀ ਰਾਜ ਕਰਦੀ, ਕਿੱਥੇ ਮਹਾਰਾਜ ਜਾਂਦੇ ਸੀ, ਸੰਤਾਂ ਦੀਆਂ ਮੰਡਲੀਆਂ ਬ੍ਰਹਮ ਗਿਆਨੀਆਂ ਨੂੰ ਗਾਲ ਲੱਗ ਜਾਂਦੀਆਂ ਉਹਨਾਂ ਨੂੰ। ਗੋਇਸ ਕਰਕੇ ਪਿਆਰ ਫਿਰ ਦੇਖੋ ਮਹਾਰਾਜ ਪੁੱਛਿਆ ਦਰਸ਼ਨ ਕਰ ਕੋਈ ਕਾਹਦੇ ਵਾਸਤੇ ਆਏ, ਕਹਿੰਦੇ ਹਾਂ ਵੀ ਕਾਲ ਜਗਤ ਨੂੰ ਆਏ, ਧਾਰਮਿਕ ਗੁਰਦੇਵ ਬਿਠਾਏ, ਜਾਣਾ ਤਾਂ ਤੁਸੀਂ ਘਰ ਬਿਠਾ ਲਓ, ਦੁਰ ਦੁਰਗਿਆਂ ਨੂੰ ਉੱਪਰ ਬਿਠਾ ਲਓ, ਧਾਰਮ ਚਲਾ ਲਓ, ਸਥਾਨ ਦੀ ਆਵਾਜ਼ ਤੇ ਮੁੰਡੇ ਟੈਕ ਸਾਹਿਬ ਦੀ ਵਿਦਿਆ ਰੱਖਣ ਵਾਸਤੇ ਤੁਲੇ ਹੋਏ ਕੈਂਟਰ ਦਾ ਆਪਣੇ ਮਾਰ ਲਓ। ਕਹਿੰਦੇ ਧਾਰਮ ਚਲਾਉਣ, ਧਾਰਮ ਚਲਾਉਣ, ਸੰਤਾਂ ਦੀ ਰੱਖਿਆ ਕਰਨ ਵਾਸਤੇ, ਸੰਤਾਂ ਨੂੰ ਵਾਕ, ਸੰਤਾਂ ਨੂੰ ਮਾਣ ਦੇਣ ਵਾਸਤੇ। ਗੋਇਸ ਕਰਨ ਉਹ ਮੂਲ ਵਾਲੇ ਜਿਹੜੇ ਸੰਤਾਂ ਦੇ ਲੋਕ ਸੀ, ਨਿਤ ਗਿਆਨ ਨੇ ਜਗ੍ਹਾ ਰੁਕਣ ਵਾਸਤੇ ਦਸ ਪਾਠ ਗੁਰੂ ਦੇ ਗਏ। ਅੱਜ ਦਾ ਸਿੱਖ ਦਾ ਜਾ ਰਿਹਾ ਨੇ, ਗੱਲ ਪ੍ਰਚਾਰ ਕਰਨ, ਗੱਲ ਪ੍ਰਚਾਰ ਕਰ ਕਰਕੇ ਜਿਹੜੇ ਸਾਧੂ ਸਿੱਖ ਸਾਧੂ ਨੂੰ ਸਮਝ ਕਰਕੇ ਅਮਰ ਕਰਦੇ ਸੀ, ਉਹਨਾਂ ਨੂੰ ਅਣਮੰਤਿਆਂ ਦੇ ਸੁੰਗਲ ਵਿੱਚ ਜਾ ਪਸਾਇਆ, ਉਹ ਮੰਤਰ ਲੈਣ ਵਾਸਤੇ ਉਹ ਕਿਤੇ ਚਲ ਗਿਆ, ਉਹ ਕਿਤੇ ਚਲ ਗਿਆ। ਜੇ ਸਹੀ ਢੰਗ ਨਾਲ ਸਿੱਖ ਸਾਧੂ ਦਾ ਪ੍ਰਚਾਰ ਕੀਤੇ ਜਾਂਦੇ ਹੁੰਦਾ, ਤੇ ਜਿਹੜੇ ਉਧਰ ਮੰਤਰ ਲੈਣ ਵਾਸਤੇ ਗਏ ਉਹ ਗੁਰੂ ਨਾਨਕ ਦੇ ਘਰ ਵਿੱਚ ਰਹਿੰਦੇ, ਇਹਨਾਂ ਲੋਕਾਂ ਨੇ ਗੁਰੂ ਨਾਨਕ ਦੇ ਘਰ ਤੋਂ ਸੱਕੇ ਮਾਰ ਮਾਰ ਕੇ ਉਹਨੂੰ ਬਾਹਰ ਕੱਢ ਦਿੱਤਾ। ਜਾਏਗਾ ਵਾਤਾਵਰਨ ਪਹਿਲਾਂ ਬਣਾਈ ਗੱਲ ਦੇ ਜਿਹੜਾ ਮੈਂ ਗੁਰਬਾਣਾ
ने कई कई पांवर खुदा की जोर लागू करना करें अरे अरे हाँ बाबा का दास सही है या उन्हें काले दूर हो जाओ ये दास को दया का उन्हें कारण किया सब उन्हें दया चाहते हो ना कि हाँ ऐसे जैसे सब उन्हें दया चाहते हो ना हम कांदे कोई सांत बाना करने का भी बाना करने दीवियां में कि जोर दिया और बात नहीं बाना करने का सांकड़ियां वे सांकड़ियां दादा पर चाल लो ये दास का यानी उसे सांकड़ में भाग के मना लाते मैं तो इधर ही दास को बहुत बोले है मुझे ये लोग दास को भाग के मनो दे जाते के बोलो सब जैसे दास को चाल लो सांत बनाऊंगा जैसे हो जाए जब हो या सांत बनाऊंगा ये सांत के लिए जैसे था आज सांत ये तय करिए परेशान ये खास से परेशान रेत पैरा हो गए जैसे दास चलिए बिजार बिजार करिए जैसे बुरिया पैरा बिजार पर समझा दास खाने आटे खाने पर समझा डांस करने पर बैठे उन्होंने टाइम लगाना तब आप पता हो तो मना नहीं डांटिया मंदार के साथ लगे खाट लगाना रोड का बने ये किसी बांगे ये जरा बाबू से क्या मिला लोगों ने डांट लगाया लोगों ने देख के क्या मिला ये लगा ले दास पैसे बाहर होते दास को हम पैसे में लाके जाते ये शराब में आके जैसे भी रोज पीता है वो पैसे लाके सरदार का काट काट का हिसाब लौट के पहाड़े पैर के काट के कौन पेंशन दे दिया है साल का पैर का पेंशन ना आता ये भी बराबर का आते जिन्हें ना नाई में हो बात है जिन्हें मारा पैसे का है वो साल बात गया जिन्हें शराबा का पापा बैठे पते का भी हो बात है साल का पेंशन ना आगे ना आता कोई काल को भी जन्म साल दाता हम लोग आने साल को इस विचार आठ का भी कदरी बन रही है जब वो एक गुण ग्रहण करता पूरे सब चार लगा वाला मान सुमण में उसको करता जब वो ज्ञान का भी खुदी राम ने उसको भजता जब वो सिखी ने गुण ग्रहण करता भगवान के दरबार मान को भजता जब वो नाम का भी आपका का प्रवेश के दरबार की तरफ शुरू हो जाता साल की मदद बहुत बड़ी थी साल का जो कुछ मेरे आसान का तो मिले मेरे आगे में हाँ प्रकार बाबा द्वारा तो गया मेरे आगे साथ में बड़े छोटे पाड़े वो डाक ने बड़ी करते व्यापार कितने लगे पते मारे मारे बड़े करते हैं ऐसे का भी पाड़े डाक ने करवाना जो मान है तो बाबा द्वारा तो मारा नहीं करता ये भोजन नहीं कर पा पाड़े भी सारा बार का भी ये संत महापुर बाबा भेद नहीं मारा वो भी आया भी जिन्हें भी सारे भी सारा दूर प्रदार है पाड़े मंदिर का सच्ची डाक ने भी ये संपर्क सात में पाड़े को भी होगी डाक ਸਾਡਾ ਤਾਂ ਗੁਰੂ ਦਾਗਾ ਵੀ ਭਾਈ ਲਿਆ ਤਾਂ ਉਹ ਭਾਈ ਸੰਗਤ ਨੂੰ ਤੁਰੇ ਵਾਲੇ ਕੋਈ ਬਾਬਾ ਦੀ ਤਰ੍ਹਾਂ ਉੱਪਰ ਨਹੀਂ ਕਰੋ ਤੁਰੀ ਦਾ ਕਰੇ ਸਾਡਾ ਵਿਰੁੱਧ ਕੀ ਹੈ ਇਹ ਤਾਂ ਪਹਿਲਾ ਹੁੰਦਾ ਸੀ ਸਾਤਾ ਵੀ ਬੋਲਦਾ ਉਹ ਬੋਲਿਆ ਕਿ ਬੋਲਦਾ ਕਿ ਨਾਮ ਹੁੰਦਾ ਹੀ ਉਹ ਬੋਲਦਾ ਨਹੀਂ ਕਰੀ ਬਰਾਬ ਕਿਆ ਤੇ ਮਨ ਬਾਲੀ ਦੇ ਕੋ ਸਾ ਇਹ ਸਾਤਾ ਵਾਸੀ ਕਿ ਧਾਨ ਧਾਨ ਸਾਜਿਆ ਲਿਆ ਜਿਸ ਪ੍ਰਕਾਰ ਦਾ ਜਗ ਕਰਾਇਆ ਧਨਿਆ ਹੁੰਦਾ ਹੈ ਬਾਉ ਜਾਂਦਾ ਸੰਤ ਦੇ ਆਵਰ ਨਾਲ ਆਪ ਮੋਕਤ ਮੋਕਤ ਹੈ ਪ੍ਰਦਾਨ ਮਾਨ ਕੇ ਜਨ ਤੋਂ ਸਾਰਾ ਸਾਡੀ ਮੈਂ ਕਿ ਨਾਲ ਮਸਾਰਾ ਦੇਖੋ ਗੁਰਨਾਮ ਦਾ ਪਤਾ ਹੀ ਨਹੀਂ ਨਮਸਕਾਰ ਹੈ ਪਾਣੇ ਪਾਟਾ ਇਹਨਾਂ ਦਾ ਸਰਟੀਫਿਕੇਟ ਦਿੱਤਾ ਹੋਇਆ ਤੁਹਾਡੇ ਕੋਲ ਕੀ ਹੈ ਗੱਲ ਕੇ ਬੋਲੋ ਦੱਸ ਨਾ ਕੋਈ ਜਨ ਆਪ ਕੋ ਦੇਗਾ ਜੋੜ ਚਾਹ ਤੋ ਬਬਰ ਉਹ ਰਤਨਾ ਇਹਿਆ ਤਾਂ ਕੋ ਲਾਂਗਾ ਲੈ ਪ੍ਰਕਾਸ਼ ਤੇ ਆਵਾਰ ਦਿੱਤੇ ਅੱਲਾ ਜੋੜ ਕਿਆ ਰਤਨਾ ਬਲ ਹੋ ਕੇ ਪਾਵੇ ਮਾਂ ਬਿਗਾ ਦੇ ਜੋੜ ਆਇਓ ਤਾਂ ਜੀ ਤੋ ਸਾਨੇ ਤੇ ਬਾ ਕੋਈ ਹੋਰ ਪੈਪਾ ਦਾਨ ਤੇ ਸਵਾਮੀ ਕੋ ਬਸ ਨਾਮ ਬਦਲ ਜੋੜ एक ही बात ने क्या है कोई आन वाला मेरा प्रीतम प्यारा और जिस पर आप चाहिए मेरे हाथ प्रीतम की कोई बात सुना रहा कोई भाई हो मेरा वीर आज ना देखो के रवि ने मार यो की जरा रोक जा ना पूरी डायरेक्टली बगल जाती हुंदी और दाई भी रहा था पर जरूर में काम भी भाई ले लिया ना बीमारी हट जाए गर्मी का वो शांत हो जाए सही से ना लगना जेना लोकां को साधु बुला दिए ਜਦੋਂ ਸਾਧੂ ਦਾ ਗਿਆਨ ਸਾਡੇ ਸਾਨੂੰ ਦੱਸੇ ਪਤਾ ਲੱਗਦਾ ਸੰਤ ਕੀ ਹੁੰਦਾ ਸੰਤ ਦਾ ਸੰਗ ਪਾਈ ਹੈ ਜਦ ਜਪ ਕਰ ਮੰਨਣਾ ਜਾਇਜ ਹੈ ਸੋਤਾ ਆਤਾ ਮੰਗਰ ਜੇ ਪਰਨ ਲੱਗਿਆ ਦਾਲ ਜੀਓ ਤੇ ਗੁਰੂ ਰੱਖਦਾ ਲੱਗਾ ਕਿ ਲੱਗਦਾ ਨਾ ਆਹ ਕੰਮ ਸਾਡੋ ਪਾਣੀ ਦੇ ਪਾਰ ਨੇ ਦਿੱਤੇ ਸੰਤਾਂ ਵਾਸਤੇ ਯਾਨੀ ਕਿ ਗੁਰੂ ਗ੍ਰੰਥ ਸਾਹਿਬ ਨੂੰ ਹਾਂ ਜਾਂ ਬਾਹਰ ਜਿਹੜਾ ਮੇਰੇ ਤੋਂ ਵੱਧ ਹੋਵੇ ਰੱਖਦਾ ਉਹ ਮੇਰੇ ਦਾਦਾ ਨੇ ਬਾਹਰ ਹੋ ਰਿਹਾ ਤੇ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਬੋਲ ਰਿਹਾ ਗੋਰਖ ਮਹਲਾ ਪੰਜਵਾ ਆਮ ਸੰਤਨ ਕੀ ਰੇਨ ਪਿਆਰੇ ਦਾਦਾ ਦਾ ਜਿਹੜਾ ਦੁਰਗਲਾ ਪਾਣੀ ਜੀਵ ਜਾਂਦਾ ਸਾਹ ਜੀਵਨ ਦਾ ਜਲ ਪਾਇਆ ਨਹੀਂ ਪਾਣੀ ਕੜਿਆ ਆਪਣੇ ਚੱਲ ਧੋਏ ਪੰਜੇ ਪਾ ਜਨ ਪਾ ਨਹੀਂ ਕੜਿਆ ਕਹਿੰਦੇ ਬਾਹਰ ਪਾਣੀ ਨਹੀਂ ਖਾਦਾ ਕਹਿੰਦੇ ਜਾਲ ਕਰ ਕੇ ਬਾਹਰ ਗੁਰੂ ਨਾਨਕ ਸਾਹਿਬ ਦੇ ਬਾਲ ਨਾਮ ਚਾਹੀ ਪੁੱਤਰ ਬਾਬਾ ਕੀ ਜਾਣ ਕੇ ਹੀ ਬੋਲ
से दान पानी बढ़ेगा। जैसे बाबा अमर जी को गोदियां ला गया, पता नहीं लिखा है गलत में क्या करनी है, भाई रजा की फेर हो गया, बाबा उठा उन्होंने आ गया, फिर पांचवें पाचा खुद लगे चांदी लाए, चांदी पाल की ला गए, फिर उठे फिर फोन भी होते छाप पड़ा फोन से उसके मदर बैला पारा राशी बड़ी भांडे किमें आया महाराज आप ध्यान ही ना करो कि दाड़ा कमरा उधर दाड़े ना बाबा मोहन से चार चार लाख पर सांग दे तेरी चांद ने किए दे तेरी चांद का किया भी बाबा मोहन और आप भी बाबा सांग यानि महाराज को अड़े चार चार लाख यानि ऐसे ही मत करना तो आड़ा पिता आड़ी का जादू बदली आ गया वो गुरु ग्रंथ पढ़िया एक मोला जा पाते जाने के मरो आज देखे तो जा रहे आज पिता का घर तो जा रहे तलबा उपाय को ना समझा शराब के ठेकिया ने जाना को ना समझा फैशन का अधिकार काम आना को ना समझा निर्या का को ना समझा झूठ बोलना को ना समझा ईमानी ब्लैक मार्क की तरह शराब के ठेके लाने से बेचने और टेरिटा का कुत्ते बनाने बेचना को ना समझा आराम आते जेरे बजाय का पता लग जाए अमर से बेचारे इस बात के रात में सुनते बना के कर आज का कौन सा था ब्लैक में आना से पढ़ाई करना तो कौन है टिंकी उदास गांधी जी की आज का पर भाव की संगत का जी बात समझे एक कालू भी नहीं समझे एक कालू का दर्शन है और कालू के की दर्शन होने और सब जब आए तो साफ ना माने कोई कामी को भी मत करा कामी पूजा हो कालू के अंदर धूप रखे हुए हैं जिन्हें साफ की संगत हो ज्यादा कई बात कर रहे बना के शराब भी अंडे को जन तेरे बाप की संगत नहीं कर रहे कार गुरु ग्रंथ का धूप रखा हुआ है उसे रात की बात की शराब के अंडे हो रहे क्योंकि साधु किसान की भी पता होगा कि गुरु ग्रंथ का प्रचार की है जब साधु अंडे की तो पता ही गुरु ग्रंथ का है कि अभी कार की रखा हुआ है गाने के बोलो साधु नाम से एक लाख वीर श्रोमणी कमेटी ने मंगल पत्र के गांव का आपने की थी साधु आज पीड़ा हो गया जड़े गुरु ग्रंथ का कोई दर्शन कर रहे हैं एक दूसरा दर्शन साधु नहीं कर पाना हुआ है ने राम का आगमन राम को देख सबसे भगवान की बात पाटा ने भजे सहंता नामा जेना साहब मंगल जी दूजे काम राम के चले थे आगे पांच मिनट ये बताओ ये था ना और बनाया कोनिया तेजा बताओ ये काम किया था ये महापुरुष की देन है साधु आज भी बाबा द्वारा ज्ञानी गर्भ में डरा ले अंदर आ गया चले रहा है सारा सारे महापुरुष आज एक रुद्र गुरु ग्रंथ का कोई दर्शन कर रहे हैं और बाबा का कार ने सारे सोराए और ब्लॉक रात ही रात इन्हें भी प्रैक्टिस चोरी करके पता नहीं करते सेटे ते गुरु ग्रंथ गुरु के गलत प्रैक्टिस रहा जेरे बाबा फादर से आया संत बाबा द्वारा से ने हुक्म दिया दोबारा बिना दास करके कई भी उद्योग पानी में मजाक भाषा में चलाई हजार उद्योग छापे जय गुरु ग्रंथ तो गुरु ग्रंथ के हाथ पकड़ जाए पर आज हम काम पे डाले गुरु ग्रंथ के हाथ ऊपर नहीं आता मन लगे ही कर रहे गति के बोलो साहब साहु आज करगा कि जो भी करना चाहे हैं साहु आज कर लगे संस्कार नहीं करते तो ही करना तो साहु पक्का दे देगा साहु रात के दूरे नंबर से बैठा रात के बदान बजा रहा हूँ चलाऊँ बाहर जो दुनिया दिया दे बंद कर ये जैसा उतार परमात्मा से तो होगा ताकि राजा हंसा उतार है कभी अभी तक बुरे विचार से नजर कभी पूर्ण काम कर के होगा साहु भेजा है ना जरा गुरु की मर्यादा चलाऊँ ना ज्यादा लोग ज्यादा नाश को भोजन फिर साहु की फादर साहब की परमात्मा बहुत होता है कि बुरे बात बुरे बात ही है पर राम बात है पर राम स्थान का चले स्थान प्रहलाद की पैर के नर स्थान से एक पैर पकड़ प्रभुता के संता बात से तेरे को बड़ पैदा की भजन करना हो कबीर साहब की बात की कांतर बैठे का ये साधु भजन कर रहे साहब की बढ़ाई पर राजे उसकी चोर साझा करके बैठे अभी तक ये बात है ये बात कैसे देखे रहे कैसे स्थान का चाहिए हैं गुरु ग्रंथ कबीर सेवा को धोए पर एक नाम से राम राम को दादा भक्त को नाम की बात है एक को भाग जाता है एक नाम से दादा साल को भेजना भाई राम ने कहा मुक्ति दादा नाम का नाम नहीं होता जैसे माँ को ज्यादा नाम नहीं होता भजन करो बाणी मान लो एक घंटे की फिर भी पूजा ना करो जिनकी पूजा भीतर लोग फिर भी कराते हैं ऐसी ना कोई भी कराता सांता भी मंडली में भाग लो तो सारे पानी के लोग पाटे ना बजा साधु रहते हैं एक लगा लगा मुर्दा का जाता था तो काट दी तले तले मुर्दा का जाता फिर भी फिर अपनी कहते सारी सेवा की साल में खबर सुबह और संतोष है खबर अंदर साल ही साल ऐसे जाते हैं
ਹੁਣ ਜੀ ਪੜਾਏ ਦੇ ਭੇਦ ਰੰਗ ਸਾਡੇ ਨੂੰ ਔਰ ਜਿੱਥੇ ਸਾਧੂ ਚਾਹਦਾ ਹੁੰਦਾ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰ ਤੀਰਤ ਜਾਂ ਸਾਧ ਪੜਦਾ ਹੈ ਜਿਹਨੇ ਹੀਰੇ ਲਈ ਕਿਹਾ ਕਿ ਜਦੇ ਨਾਮ ਲਈ ਕਿਹਾ ਪਾਠ ਕਰ ਤੀਰਤ ਜਾਂ ਸਾਧ ਪੜਦਾ ਹੈ ਉਸ ਦਾ ਸੰਬੰਧ ਜਾਂ ਨਾਮ ਉਤਰਿਆ ਜਾਂ ਜਾਂ ਚਰਨ ਤੀਰਤ ਕੋਲ ਜਾਂਦਾ ਗੰਗਾ ਜਮਾ ਸਰਾਸੀ ਦੇ ਉਦਮ ਕਰਾ ਧੂਲ ਸਾਧੂ ਦੀ ਤਾਰੀ ਕਹਿ ਲੈ ਮੈਂ ਭਰੇ ਭਰੇ ਹਮਲੇ ਮੈਂ ਮੈਂ ਸਾਧੂ ਦੀ ਪੂਰੇ ਹਮਲੇ ਮੈਂ ਲਈ ਕਿਹਦੇ ਵਾਸਤੇ ਮੰਨ ਕੇ ਲਈ ਗਿਆ ਹੋਇਆ ਕਹਿੰਦੇ ਗੁਰੂ ਗ੍ਰੰਥ ਨੂੰ ਗੁਰੂ ਮੰਨਦੇ ਹੈ ਗੁਰੂ ਗ੍ਰੰਥ ਸਾਹਿਬ ਜੀ ਇਹ ਕਹਿ ਰਹੇ ਹੈ ਕਿਹੜੇ ਗੁਰੂ ਗ੍ਰੰਥ ਨੂੰ ਗੁਰੂ ਮੰਨ ਰਹੇ ਹੋ ਮੈਂ ਪ੍ਰਸ਼ਨ ਕਰਦਾ ਹਾਂ ਦੱਸੋ ਮੈਨੂੰ ਚਾਹ ਜੇ ਇਹ ਕਹਿਣਾ ਜਿੱਥੇ ਮੰਨ ਕੇ ਜਿਹੜੇ ਉਹਦਾ ਗੱਲਾਂ ਕਰਦੇ ਹੈ ਸਭਾ ਪਿਆਰ ਉੱਥੇ ਇਹਨਾਂ ਦੇ ਵਿਦਵਾਨ ਆ ਤੇ ਸਾਡੇ ਸਭ ਸਮਾਜ ਦੇ ਵਿਦਵਾਨ ਆਉਣਗੇ ਇੱਕ ਵਾਰੀ ਕਿਹਾ ਕਿ ਵਾਹਿਗੁਰੂ ਮੰਤਰੇ ਹੀ ਚੱਕਾ ਨਿਰਮਲਾ ਮੰਤਰ ਪਾਣੀ ਦੀ ਚਰਨੀ ਮਹਾਰਾਜ ਕਰ ਵਾਹਿਗੁਰੂ ਚਾਰ ਦਾ ਪੰਜ ਪਾਰ ਕੀਤਾ ਜਿਹੜੇ ਆਪ ਨੇ ਕਦੇ ਨਾਲ ਨਾਲ ਹੋਵੇ ਪਾਣ ਲੱਗ ਕਰਕੇ ਰਾਜ ਨੇ ਵਿਦਵਾਨ ਨਿਰਮਲ ਮੰਤਰ ਪੰਜ ਸੌ ਵਾਰ ਉਹ ਪੋਥੀ ਜਿਹੜੇ ਬੋਲਿਆ ਵਾਹਿਗੁਰੂ ਚਾਰ ਸਾਹਮਣੇ ਨਾ ਬੋਲੀ ਕਰ ਗੱਲੀਆਂ ਵੀ ਚੱਲੀਆਂ ਆ ਗੱਲ ਹੋਈਆਂ ਮਨ ਖੁਦਾ ਕਾਲ ਤੋਂ ਬਾਅਦ ਟਿਕ ਗਈਆਂ ਰੀਤਾਂ ਦੇ ਨਾਲ ਦੀ ਸੇਵਾ ਸਾਰ ਕਰ ਸਾਰ ਕਰ ਮਾ ਬੋਲ ਨਾ ਕਰਿਆ ਜੋ ਸਾਰ ਨੂੰ ਕਰਿਆ ਕਰ ਗੁਰੂ ਨੇ ਗੱਲ ਕੇ ਸਾਰ ਨੂੰ ਮੰਨ ਕਰਿਆ ਗੁਰੂ ਦਾ ਕਰ ਆਪਾਂ ਨੇ ਪਾਠ ਦੀ ਬਾਣੀ ਪੜ ਲਓ ਕੀ ਕਹਿੰਦੇ ਆ ਅਮ ਸੰਤਨ ਪੀਰੇਨ ਬਿਆਰੇ ਜਿਹੜੇ ਬੋਟਾ ਹੁੰਦੀਆਂ ਸਾਰੇ ਸਾਰਾ ਦੇ ਡੇਰਿਆਂ ਦੇ ਗੇੜੇ ਮਾਰਦੇ ਨੇ ਮੁੰਡੇ ਬਾਬਾ ਜੀ ਅਰਦਾਸ ਕਰ ਲਿਓ ਮੁਕਾਦਮਾ ਹੱਲ ਹੋ ਜਾਏ ਅਸੀਂ ਸਾਧੇ ਹਾਂ ਬਾਬਾ ਜੀ ਤੇਰੇ ਕਿਰਪਾ ਹੋ ਜਾਏ ਤੇ ਸਾਧ ਹੋਣ ਦੀ ਮੈਂ ਪਾਉਣ ਬਾਬਾ ਜੀ ਨੇ ਦਿਲ ਦਾ ਸੰਤ ਕੇ ਅਦਾਲਤ ਲੈ ਕੇ ਚੜਿਆ ਬਾਬਾ ਦੇ ਨਾਮ ਤੇ ਅਦਾਲਤ ਆ ਕੇ ਪਿੱਛੇ ਪੈ
ਦੀ ਵਿਦਿਆ ਦੇ ਨਾਮ ਭਾਈ ਰਾਜ ਚੰਦਰਾ ਸਾਹਿਬ ਜੀ ਦੇ ਅਪੋਤੀ ਮਨਾਂ ਦੀ ਪਕਾਲ ਰੰਗਾਵਾ ਚੱਲ ਰਹੀ ਔਰ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦਾ ਬਾਬਾ ਸਾਹਿਬ ਮੇਰੀ ਰਿਹਾ ਸਾਹਿਬ ਜੀ ਗੋਪਾ ਦੇ ਗੁਰੇ ਬਾਬਾ ਕੀਰਤ ਗੁਰਿਆ ਨਿਰਮਲਾ ਸਾਹਿਬ ਜੀ ਬਾਬਾ ਮਹਾਰਾਜ ਰਾਣੀ ਜਿੰਦਾ ਦੀ ਬੇਟੀ ਨੂੰ ਅਭਿਆਸ ਭੋਲ ਲੜਿਆ ਨਿਰਮਲਾ ਸਾਹਿਬ ਜੀ ਪ੍ਰਭਾਤ ਨਾਨਕ ਅੰਤਾ ਦੇ ਨਿਹਾਲ ਦੇ ਕੇ ਨਿਹਾਲ
ਖਾਨਦਾਨ ਦੇ ਵਿੱਚ ਟੁੱਟੀਆਂ ਪੈ ਜਿਹੜੀ ਕੀੜੀਆਂ ਚੜ੍ਹਦੀਆਂ ਆਖ ਦਿੱਤਾ ਗੁਰਬਾਣੀ ਕੀ ਕਰ ਮੈਂ ਜੀ ਕਹਿ ਰਿਹਾ ਗੁਰੂ ਗ੍ਰੰਥ ਸਾਹਿਬ ਗੁਰੂ ਮੰਨਦੇ ਹੋ ਗਏ ਹੁਣ ਤੁਸੀਂ ਮੰਨ ਲਓ ਵੀ ਕਿਹੜੇ ਗੁਰੂ ਮੰਨਦੇ ਨੇ ਦੱਸ ਦਿਓ ਕਿਹਦੇ ਗੁਰੂ ਗ੍ਰੰਥ ਨੂੰ ਮੰਨਦੇ ਆ ਤੇ ਤੁਹਾਡਾ ਗੁਰੂ ਗ੍ਰੰਥ ਨੂੰ ਹੋ ਰਿਹਾ ਜਿਹੜੇ ਗੁਰੂ ਗ੍ਰੰਥ ਗੁਰੂ ਮੰਨਦੇ ਉਹ ਗੁਰੂ ਗ੍ਰੰਥ ਸਾਹਿਬ ਕਹਿ ਰਿਹਾ ਗੁਰੂ ਗ੍ਰੰਥ ਸਾਹਿਬ ਦੀ ਵਿਦਿਆ ਨੂੰ ਕਿਹਦੇ ਤੇ ਰਹਿ ਦੁਨੀਆਂ ਦੀ ਪੜ੍ਹਾਈ ਪੜ੍ਹਦਾ ਆਪ ਇਹ ਵਿਦਿਆ ਵਿਦਿਆ ਪਈ ਤੈਂ ਅੰਦਰ ਕੀ ਸਾਧਨਾ ਜਾਣੀ ਤਾਂ ਵਿਦਿਆ ਦਾ ਵਿਦਿਆ ਬਣ ਗਈ ਉਹਦਾ ਮਹਾਂਪੁਰਖ ਦੇ ਸਾਰੇ ਜਾਣੀ ਉਹਦਾ ਵਿਦਿਆ ਬਣ ਤਬਾਹ ਕਰ ਸਕਦੇ ਲੋਕਾਂ ਦੇ ਜਿਹੜੇ ਸਾਰੀ ਸਾਰੀ ਜ਼ਿੰਦਗੀ ਗੁਰੂ ਗੋਬਿੰਦ ਸਿੰਘ ਦੇ ਨਾਲ ਜਾਇਦਾਰੀ ਦਿੱਤੀ ਲਾਖਾਂ ਸਾਹਿਬ ਬਰਾਗੀ ਬਾਲੂ ਤੇ ਸੰਤ ਦੇ ਹੱਥ ਦੁਆਰਾ ਹੀ ਗੁਰੂ ਨੂੰ ਧਿਆਨ ਸਾਹਿਬ ਦੇਵੇਗਾ ਉਹ ਸੰਤ ਨੇ ਬਦਲੇ ਲੈ ਗੁਰੂ ਸਿੱਖਾਂ ਦੇ ਬਦਲੇ ਬੰਦਾ ਹੈ ਮਾਲੂ ਦਾਸ ਬਰਾਗੀ ਬਾਲੂ ਸੰਤ ਵੀ 5 ਮਿੰਟ ਕੀਤੀ ਜਿਹੜੇ ਸਾਰੀ ਸਾਹਿਬ ਉਹ ਨਾਲ ਰਹੇ ਮਹਾਂਪੁਰਖਾਂ ਛੁਟਕਾਰਾ ਹੋ ਨਹੀਂ ਸਕਦਾ ਇਹ ਮਹਾਂਪੁਰਖੀ ਹੈ ਜਿਹੜੇ ਸੋਚ ਹੀ ਦਿੰਦੇ ਆ ਗਿਆਨ ਦੇ ਬਾਬਾ ਨਾਨਕ ਨੇ ਦੁਨੀਆਂ ਨੂੰ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਨਾ ਸਾਰਾ ਸਰਕਾਰ ਕਿ ਨਹੀਂ ਅਰਦਾਸ ਗੁਰੂ ਗ੍ਰੰਥ ਜਿਹੜੇ ਡਾਕੇ ਦਾ ਮੋਰਚਾ ਲਗਾ ਸੰਤ ਗੁਰਬਖਸ਼ ਸਿੰਘ ਚਾਹੁੰਦੇ ਵਾਲੇ ਬਾਬਾ ਸਾਹਿਬ ਬਾਬਾ ਨੇ ਦੇਵ ਮੋਰਚੇ ਉੱਪਰ ਤੁਹਾਨੂੰ ਧਿਆਨ ਨਾਲ ਲਗਾ ਅੰਗਰੇਜ਼ਾਂ ਦੇ ਸਾਹ ਮੋਰਚੇ ਚੱਲ ਰਿਹਾ ਹੈ ਮੋਰਚਾ ਸਫਲ ਹੋਊਗਾ ਸਾਰਾ ਉਹ ਸਭ ਨੂੰ ਤੁਸੀਂ ਦੋਸਤਾਂ ਦੀ ਸਰਦਾਰੂ ਸਾਹਿਬ ਦੇ ਜਿੰਨਾ ਮਰਜ਼ੀ ਬਹੁਤ ਬੋਲਣ ਜਿੰਨਾ ਬਹੁਤ ਬੋਲਦੇ ਉਹਨੇ ਲੋਕਾਂ ਦਾ ਪ੍ਰੇਮੀ ਜ਼ਿਆਦਾ ਬਣ ਜਾਂਦੇ ਜਿਹੜਾ ਸਾਨੂੰ ਨਹੀਂ ਵੀ ਜਾਣਦਾ ਉਹ ਵੀ ਜਾਣਦਾ ਇਹਨਾਂ ਦੀ ਵਿਦਿਆ ਵੀ ਤਾਂ ਸਾਨੂੰ ਕੋਈ ਜਾਣਦਾ ਵਿਦਿਆ ਦਾ ਸਾਧਨ ਮਜ਼ਦੂਰੀ ਵੱਧ ਕਰੀ ਅਤੇ ਉਹ ਕਦੇ ਨਾ ਹੋਇਆ ਉਹ ਕਦੇ ਚੌਕੀ ਦਾ ਕਰੀ ਰਾਤੇ ਨੂੰ ਤਾਰੀ ਬੈਠੇ ਮੇਰੇ ਕੋਲ ਬਾਬਾ ਗੁਰਬਖਸ਼ ਦੀ ਕਦਰ ਹੈ ਅੰਗਰੇਜ਼ ਸਰਕਾਰ ਜਾਤੀ ਦਾ ਉਹਦਾ ਡਰਦਾ ਸੀ ਰਿਹਾ ਉਦੋਂ ਕੱਟ ਪ੍ਰਧਾਨ ਹੁੰਦੇ ਸੀ ਪੂਰੀ ਦਿਨ ਕੀਤੀਆਂ ਹੋਈਆਂ ਨੇ ਬਾਅਦ ਕੇ ਕਹਿੰਦੇ ਸੰਤ ਨੂੰ ਪੁੱਠਾ ਲਟਾ ਦਿਓ ਜਿਹੜੇ ਮੰਨਿਆਈ ਸੀ ਉਹਦੇ ਫਿਰ ਪਤਾ ਰੂਹ ਮੋਰਚੇ ਕਿਵੇਂ ਹੋਏਗਾ ਪਰ ਸੰਤ ਬੜਾ ਹੁੰਦਾ ਦਾ ਉਹਦਾ ਜੀਵਨ ਉੱਪਰਾਂ ਉਹਦਾ ਦੇਹ ਦਾ ਆਪ ਉੱਪਰ ਉੱਡਿਆ ਵਾ ਬਾਕੀ ਵੀ ਜਨਤਾ ਆਪਣੀ ਚਮੜੀ ਬਣਾਉਂਦੀ ਕਰਦੀ ਆਪਣੀ ਝੀਟੀਆਂ ਭਾਈ ਸਾਹਮਣੇ ਦੇ ਰਿਹਾ ਪੰਜ ਜਿਹੜੇ ਬੜੇ ਬੜੇ ਲੀਡਰ ਕੌਮ ਦੀ ਬਾਹਰ ਖੜੀਆਂ ਕਰਕੇ ਦੌੜ ਗਿਆ ਇਹ ਗੱਲ ਆਪ ਜੀਵਨ ਦੇ ਕੰਮ ਆ ਵੀ ਆਇਆ ਦਾ ਕੋਈ ਸੰਤ ਜਾਂ ਸੰਤ ਦੇ ਸੇਵਾਦਾਰੀ ਦੇਵੇ ਸੰਤ ਦੇ ਆਪ ਉੱਪਰ ਹੋਇਆ ਕਰਵਾਣੀ ਸਾਰੀ ਉਮਰ ਮਾਨਸ ਖੁਦ ਕਰਦਾ ਦੁਨੀਆਂ ਦੇ ਉੱਤੇ ਅੱਜ ਜੀ ਜੀ ਉਹ ਸੋਨ ਲਾ ਕੇ ਆਪਣੇ ਵਿੱਚ ਸ਼ਹੀਦ ਦਰਦ ਕਰਦੇ ਤੇ ਸੰਤ ਦੇ ਚੇਲਿਆਂ ਦੇ ਜਿਹੜਾ ਵੀ ਘਰਾਂ ਦੇ ਤੱਕ ਬਾਹਰ ਉਹਨਾਂ ਦਾ ਨਾਂ ਲੈ ਕੇ ਤਿਆਰ ਕੀਤੇ ਜਵਾਨਾਂ ਦੇ ਕੋਈ ਇਹੋ ਜਿਹਾ ਕਰਵਾਣੀ ਦਾ ਫਲ ਹੋਈ ਭੋਗੇ ਤੇ ਕਰਵਾਣੀ ਹੋਈ ਗਈ ਸਾਹਿਬ ਜੀ ਦੇ ਕੁਲਬ ਹੈ ਫਿਰ ਬਾਬਾ ਜਵਾਲਾ ਦਾ ਧਿਆਨ ਕੀਤਾ ਬਾਬਾ ਜੀ ਮਹਾਰਾਜ ਨੂੰ ਨਾਲ ਰੱਖਿਓ ਹੋਰ ਗੱਲ ਹੋਈ ਕਹਿੰਦੇ ਸਾਹਿਬ ਵਿੱਚ ਕੀ ਬਾਬਾ ਜੀ ਮਹਾਰਾਜ ਅੰਤਰ ਜਾਣੀ ਕਿੱਥੇ ਡਾਕਟਰ ਤਿਆਰ ਕੋਲ ਜਿੱਥੇ ਜਾਕਰ ਹਰ ਕੋਲ ਪਿੰਡ ਅੰਤਰ ਜਾਣੀ ਕਹਿੰਦੀ ਹੁਣ ਕੱਢਦਾ ਮੇਰਾ ਤਾਰ ਕਰਦੇ ਡਾਕਟਰ ਨੇ ਉਹਨੇ ਪੜ੍ਹ ਲਾ ਲਿਆ ਖੂਹ ਤੋਂ ਕਹਿਣ ਲੱਗੇ ਬਾਲਸ਼ਮ ਭਰ ਦਾ ਡੋਲ ਪਾਈ ਚਲੋ ਮੇਰੇ ਸਿਰ ਸਾਰਾ ਦਿਨ ਚੱਲਦਾ ਰਿਹਾ ਹੈਰਾਨ ਕਹਿ ਮਹਾਂਪੁਰਖ ਕੀ ਬਦਲ ਕਰ ਰਹੇ ਹੈ ਪਾਣੀ ਪਾਈ ਜਾਂਦੇ ਉਧਰ ਕਾਲੀਆਂ ਗੀਟੀਆਂ ਖੜੀਆਂ ਹੋ ਰਹੀਆਂ ਦਰਬਾਰ ਕਰਨ ਵਾਸਤੇ ਹਰ ਸਵਾਲ ਆਏ ਨੰਦ ਸਾਹਿਬ ਪੈਰੇ ਦੌਰ ਕਹਿੰਦਾ ਜਨਾਬ ਭਗਤ ਜੀ ਨੰਦ ਜੀ ਠੀਕ ਨਹੀਂ ਹੈਗਾ ਗੀਟੀਆਂ ਦਾ ਕਹਿੰਦੇ ਮਹਾਰਾਜ ਤੁਹਾਡਾ ਧਿਆਨ ਕਰ ਲਿਆ ਸੀ ਆਪੇ ਵਾਪਸ ਆਪੇ ਕਹਿੰਦਾ ਜਾਰੀ ਹਸਤਾਰ ਆਪੇ ਕਰਨਾ ਇਹਨਾਂ ਉਹਨਾਂ ਨੂੰ ਜਦੋਂ ਬਾਬਾ ਸਾਹਿਬ ਦਾ ਸਾਲੇ ਇਹ ਲੋਕ ਲੋਕ ਸੰਤ ਆਈ ਜਾ ਤੱਕ ਮੇਰੇ ਵਾਲੇ ਗੋਦਾ ਬਸ ਪਤਾ ਜੀ ਜਾਣੇ ਜਾ ਨਹੀਂ ਹੁੰਦਾ ਸਭ ਤਾਂ ਨਹੀਂ ਮੇਰਾ ਭਾਜਨ ਸਾਡਾ ਜਾ ਕੇ ਜਦੋਂ ਕੋ ਨਾ ਸੰਦੇ ਕੋਲ ਇੱਕ ਬਾਤ ਨੂੰ ਕਿਹਾ ਤੇ ਵਾਲੇ ਸਾਗਰ ਦਾ ਕੋਲ ਪਾਇਓ ਆਟਾ ਤੇਰੀ ਕਿਰਪਾ ਕਰ ਪਾਲੇ ਇਹ ਗੱਲ ਲੱਗਣਾ ਫਿਰ ਪਤਾ ਲੱਗਾ ਕਿ ਮਾਂ ਪੂਜਾ ਕਰ ਲੈ ਰਹੇ ਸੰਤ ਦੀ ਡਿਵੀ ਤਾਕਤ ਹੁੰਦੀ ਸੰਤ ਦੀ ਤਾਕਤ ਦੇ ਖਤਮ ਨਹੀਂ ਹੁੰਦੀ ਸੰਤ ਹਮੇਸ਼ਾ ਰਹੇਗਾ ਪਿੱਛੇ ਵੀ ਨਹੀਂ ਹੁਣ ਵੀ ਆ ਨਾ ਵੀ ਆਏਗਾ ਕਦੀ ਖਤਮ ਨਹੀਂ ਹੋਵੇਗਾ ਨਾਮ ਰਹੇ ਸਾਧੂ ਰਹੇ ਰਹੇ ਬਹੁਤ ਆਨੰਦ ਜਗਤ ਮੈਂ
કેમ જપ્યો વર્ણન દેવતા કે પ્રાપો એનો પ્રયોગ કે મતાબો મેં પણ ગુરુ ગ્રંથ સાથે અલગતા આપણે કર્યા આપણે કોઈ કરતા નહીં બોલ રહે હા પાણી પાડે કોઈ તો ભેદ ન તો હોય હોય તુને ગુરુ ગ્રંથ સાથે તો કદા આવી ગયા ઓપન ને ગુરુ ઓ દાદા કે બધે ચાલુ રહે કોઈ અસર ભેદ ન તો હો ગયા હોય અજા દલ પડ્યા ગયા હોય તો ગુરુ ગ્રંથ સાથે ચાલુ બે કાળ કદાઈ ગયા બાકી પાણી ને જો આ કામ તો આજે સામે સૌગા ચાલતી સમાજ આજ ની જગ્યા ઉગર હો ગયા તો ગુરુ સાહેબ કૃપા કર આજ માધ્યમ ઓ સાથ થઈને અમે સૌને વાણી પાડે સૌને ગુરુ ગ્રંથ સાહેબ ની મહાનતા નું પાડે દરજા પાડે કાપે એમ ઓર સાહ સાથે નિરાશ માં જાડો કૃપા કર પૂરા માં પૂરા ની નજર કર્યા કરો સેવા કર્યા કરો પૂરા ભજના ની અમલ કર્યા કરો ક્યાં ની ખરાબ હો જાવે ક્યાં ની ખરાબ હો જાવે પાણી ને તેલે સાથ સાથ હોય સાથ તેલી આપણે દોર દે કોમલા સાર બાર और जितने को साल में काम है फिर तो बात लाना बता दें मेरे निर्दय माता जी के आप गवर्नमेंट कार्ड पर उनकी जरूरत होती थी खेल करोगा कार्ड सांता ने भगवानी मेरी सरकार बेटा ये राज्य के तक मकान का के सारा रास्ता करता इना पर्यावरण पर भारी की होती बहुत के बाद बात है वो भी आ जाते हैं मेरे पास आज उठे जाए तेरा नाम है पूरी कृपा पानी का त्याग कर और कान का कर दे ਬੀਬੀਆਂ ਨੂੰ ਪਾਠ ਕਰਾਈ ਜਾਂਦੇ ਬੈਠੀਆਂ ਰਾਣੀਆਂ ਇਹਨਾਂ ਦਾ ਬਾਰੇ ਕੰਮ ਕਰਦੇ ਨੇ ਤੇ ਕਿੰਨਾ ਵਾੜੀਆਂ ਲੜਕੀਆਂ ਲੰਗਰ ਚਲਾਈ ਜਾਂਦੀਆਂ ਲੜਕੀਆਂ ਖੰਡ ਬਾਗ ਜਾਂਦੀਆਂ ਲਾਉਣ ਸਾਤਾ ਦਾ ਇੱਕ ਹਵਾ ਦੇ ਗੁਰੂ ਮੰਦੇ ਬਾਹਰ ਆਉਂਦਾ ਹੈ ਤੇ ਸਾਹ ਸਾਡੀ ਇੱਕ ਪਾਠ ਦੇਣ ਵਾਲਾ ਨੇ ਜਪਜੀ ਗੁਰ ਮੰਦਰ ਆਉਂਦਾ ਤੇ ਗੁਰੂ ਗ੍ਰੰਥ ਸਾਹਿਬ ਜਦੋਂ ਜਪਜੀ ਨਾਲ ਆਉਂਦੇ ਜੀ ਗੁਰੂ ਗ੍ਰੰਥ ਦੇ ਮਾਨ ਮੰਦਰ ਆਉਂਦੇ ਤੇ ਗੁਰੂ ਗ੍ਰੰਥ ਦੇ ਜਪਜੀ ਦੇ ਗਏ ਕਾਲੇ ਅਰੇ ਮਾਨ ਪਾਇ ਤੇ ਰੇ ਮਾਨ ਮੰਦਰ ਤੇ ਜੇ ਪ੍ਰਣਾਮ ਕਰ ਗੁਰੂ ਅੰਗਦ ਦਾ ਜਲਦੀ ਦਿੱਤੀ ਦੀ ਪੰਚਾਇਤ ਰੇਵਾ ਕਾਟੇ ਗਏ ਕੋ ਉਲਟੇ ਕਿਆ ਨਹੀਂ ਜਿਹੜਾ ਗੁਰੂ ਗ੍ਰੰਥ ਸਾਹਿਬ ਦਾ ਪਾਠ ਹੈ ਨਰੇਰ ਪੰਜ ਪਾਏ ਜਿਉ ਮਾਰਨ ਦਾ ਸਲਾਹ ਦਾ ਬੋਗਰਾ ਕਰਨਾ ਮਾਰਨ ਦਾ ਸਾਰਾ ਦਾ ਬੋਗਰਾ ਹੈ ਮਾਰਨ ਦਾ ਬੋਲ ਦੇ ਵਿੱਚ ਜਾ ਦੇ ਵਿੱਚ ਜਾ ਤੋਂ ਬਿਨਾ ਜਿਹੜੇ ਕੰਮ ਦੀ ਪਿਆਸ ਹੋਈ ਦੀ ਨਾ ਹੋਣਾ ਕਪੜੇ ਵੀਰੇ ਕੋਣੇ ਕੋਣ ਦੀ ਜਾਲੀ ਦਾ ਕੀ ਕਰੋ ਕਰ ਦੀ ਹੋ ਕਰ ਦੀ ਵੀ ਪਿਆਸ ਹੋਈ ਤੇ ਬਾਅਦ ਜੀਨਾ ਦਾ ਪੂਰੀ ਹੁੰਦਾ ਆਗਲੀ ਨੇ ਜਾ ਕੇ ਨੇ ਹਵਾ ਦੀ ਹਵਾ ਨਾਲ ਹੁੰਦਾ ਲੱਗ ਜਾਂਦੀ ਇਹ ਪੰਜ ਰਾਤ ਰੱਬ ਨੇ ਪੈਦਾ ਕੀਤੇ ਆ ਰੱਬ ਦਾ ਰੂਪ ਹੈ ਜਿਹੜੀ ਇਹਨਾਂ ਦੀ ਨਿੰਦਿਆ ਕਰੋ ਰੱਬ ਦੀ ਨਿੰਦਿਆ ਕਰੋ ਇਹਨਾਂ ਨੂੰ ਪਤਾ ਹੈ ਪੋਤਨ ਕਿਹੜੀ ਹੁੰਦੀ ਨਿੰਦਿਆ ਕਿਹੜੀ ਹੁੰਦੀ ਇਹ ਸਭ ਦੀ ਸੰਸਾਰ ਬਿਆਨ ਹੋਣਾ ਬੋਲਣਾ ਚਾਹਣਾ ਬਿਆਨ ਬਿਆਨ ਦਾ ਕਿਰਿਆ ਦਾ ਗਿਆਨ ਹੋਵੇ ਇਸ ਕਰਕੇ ਸਭ ਨੂੰ ਸਾਨੂੰ ਕਰਿਆ ਕਰੋ ਪੂਰਨ ਪੁਰਖਾਂ ਦੀ ਸਾਨੂੰ ਕਰਿਆ ਕਰੋ ਵਿਦਵਾਨ ਪੁਰਖਾਂ ਦੀ ਤੁਹਾਨੂੰ ਰੂਪ ਪੂਜਾ ਕੇ ਗੁਰੂ ਗ੍ਰੰਥ ਸਾਹਿਬ ਦੀ ਵਿਚਾਰੀ ਕਿਵੇਂ ਕਰ ਸੋ ਗੱਲ ਕਿਵੇਂ ਕਰਨਾ ਪ੍ਰਦਾਸ ਦੁਆ ਕਿਵੇਂ ਲਾਉਣਾ ਸਰਦਾਰ ਖਰਾਬ ਦੇ ਕਿਵੇਂ ਬਣਾਉਣੀ ਅਡੀ ਪ੍ਰਚਾਰ ਹੋ ਗਿਆ ਤੇ ਸੰਤਾਂ ਨੂੰ ਰੋਜ਼ ਰੋਜ਼ ਦਿੱਤੀ ਜਾਏ ਪਤਾ ਲੱਗ ਜਾਏ ਸਾਧੂ ਦੇ ਨਾਮ ਆ ਜਿਹਨਾਂ ਰੱਬ ਨਾ ਆਇਆ ਉਹਨੇ ਸੱਤ ਨਾ ਆਇਆ ਕਿਉਂਕਿ ਸਾਧ ਭੇਦ ਨਾ ਪਾਏ ਬ੍ਰਹਮ ਗਿਆਨੀ ਕੋ ਖੋਜਿਆ ਮੇਤਰ ਬ੍ਰਹਮ ਗਿਆਨੀ ਆਪ ਨੂੰ ਮੇਤਰ ਬਾਬਾ ਦੁਆਰਾ ਤੁਹਾਡਾ ਹਰ ਵਾਰ ਹੈ ਫਿਰ ਵਾਰ ਸਾਰੇ ਘੰਟਵਾ ਕੀਲਾ ਹੈ ਜਾ ਕੇ ਪੁੱਛ ਲੈਣਾ ਮਾਂ ਪ੍ਰਭੂ ਸਾਡੇ ਬੜੇ ਦਰਬਾਰੀ ਕਹਿਣ ਲੱਗੇ ਕਾਗਰਾ ਤੇਰੇ ਕੋਲ ਕੀ ਚੀਜ਼ ਹੈ ਆਇਆ ਕਹਿੰਦੇ ਗਰੀਬਾਂ ਨੂੰ ਬਣ ਜਾ ਕਦਾ ਜੋੜ ਉੱਥੇ ਵੀ ਪਿਆ ਜਾ ਕੇ ਗੰਗਾ ਦੇ ਕਿਨਾਰੇ ਤੇ ਪਾਣੀ ਦਾ ਚਸ਼ਮਾ ਪਾਣੀ ਕੱਢ ਕਰਕੇ ਬੁਰਾ ਪੈ ਕੱਪੜਿਆ ਸਾਰੇ ਕਹਿੰਦੇ ਵੀ ਉੱਥੇ ਰੰਗ ਦੇ ਬਣ ਰੰਗ ਉੱਥੇ ਹਰੇ ਹੋ ਗਿਆ ਝਾੜੀ ਟੁੱਕੜੇ ਵਾਲਾ ਪਹਿਨ ਲੈ ਕਹਿੰਦੇ ਦੇਖੋ ਜੈਸਾ ਦੇ ਵੈਸਾ ਦੇ ਜੰਗਲ ਦਾ ਵੀ ਹਰਾ ਜਾਮਾ ਪਹਿਨਿਆ ਹੋਇਆ ਅਸੀਂ ਵੀ ਬਹੁਤ ਪਹਿਨ ਉਹਨਾਂ ਦਾ ਪੰਜਾਬੀ ਸਿੰਘੀ ਖੇਤਰ ਨੂੰ ਜਾ ਕੇ ਨਾ ਤੁਸੀਂ ਲੰਗਰ ਚਾਹ ਲਾ ਉਹ ਮਾਂ ਭੋਜਨ ਖੇਤਰ ਲਾਇਆ ਹੋਇਆ ਜਿਹੜੇ ਸਾਧੂ ਜੰਗਲ ਚ ਰਹਿੰਦੇ ਹਨ ਉਹਨਾਂ ਨੂੰ ਜੀਵ ਦਾ ਵਾਸਤੇ ਪਰਨਾ ਨਾ ਕਰਨਾ ਹੋਇਆ ਜਿਹੜਾ ਲਿਆਵਾਂਗੇ ਸੇਵਾ ਕਰਕੇ ਆਪ ਮਿਲਣੇ ਸਾਧੂ ਦੀ ਸੇਵਾ ਕਰੋਗੇ ਤੁਹਾਡਾ ਲੋਕ ਕਰੋ ਸਫਲ ਤੁਹਾਡੇ ਗਿਆਨ ਦੀ ਰਾਹ ਚੱਲ ਪਊ ਨਾਮ ਦੀ ਰਾਹ ਚੱਲ ਪਊ
भजन भी याद कर लू, दिखी भी याद कर लू, सब गुणा भी याद कर लू, साधु का दर्शन भी पवित्र है, साधु का सन नहीं का काल दर्शन भेद क्रोध ने हाल मन के प्रगट कर दिया हुई। गुरु ग्रंथ कहते गुरु ग्रंथ के मानते हैं, गुरु ग्रंथ का यही कह रहे कहते गुरु ग्रंथ को मानते हो, मैं पूछना तो ना प्रश्न कर रहा कहते गुरु ग्रंथ को मान रहे हो, गुरु ग्रंथ का यही कह रहे जीती ने कमरा ला रहे तेरा लाल कमरा जीती ने दिन एक बाबूया सोए रहिया मां पिता सोने का था बाबा ज्वाला से ऊपर से दातन ढो रहे हैं आपने मेरा हाथ बैठे हुए कमरा ला तो हाथ दिखा कर दे उसको भोजन दे शरीर ਪ੍ਰਵਾਨ ਕਰ ਲਿਆ ਤੁਹਾਡੇ ਚਰਨਾਂ ਨੂੰ ਸਿੰਚਰ ਵਾਸਤੇ
बहन बड़े थोड़े फिर गलबात के आप सबूत मिलने पता लगता लगता करता होंगे आगे का एडवाइज लगा होगा तो उसका उसका तो मालूम है तो वो कहते हैं एक महीने में नाम ले जाने तो ये साथ हम मुझे आप बोलवा दोगे ना आप बोलवा थोड़ा बना बाढ़ को कहा किसी थोड़ा बन गया बड़ा बना दे एक क्यों नहीं था एक उसे कहा आपने किसी भी बड़ा बनाना क्या तो दादा साथ में हो रहे चार बार दादा हजार बार बार हजार पता जोड़ रहा है कहता कि हम आसानी देख होना एक तरह करी बैंक को बोल बना दे जैसे समझ जाइए समझ प्यार ही हो जाए दिखा देगा दुनिया तो साथ है दौड़ दौड़ में कुछ नहीं गुरुवार होगा कि गुरुवार बैठा क्यों खाना नहीं देती मार को खाना नहीं देती होगी गुरु की कृपा ही नहीं क्योंकि सारी बात बाबा ना है बात चीते लाड़े है पिटनाड़े हर बंदा कहीं ना कहीं माँ को लगा देगी मेरे साथ में उपमा कर दी वो दिव्या माँ का भी गुरुवार को मार दिया मेरे साथ में भी सरदार की भावना जाग गई तो सारी उनको लग पाया गुरुवार भी पढ़ लग गया गुरुवार बड़े होने लग पाया सरदार जा रही आज की साधु की उसको करो मेरे साधु से संगीत जिसे करके बातें में जिद्या है माँ को जब सरदार का मन क्यों कर दो देखो तुम बोल रहे हैं बहन ना मेरे नहीं जा रहे तो नानू बाबा का बात का बोलना तो माँ को जी जिद्या है मेरे मन को बोले सरदार की गजबर की आप दारे साफ कर आप आंध में सदन का रख जो संता रख आयो जुलाना रख बहुत बहुत धन्यवाद अभी साल अंदर भी रेलवे स्टेशन छोटा कराया था भी जड़ी के आगे पर जगुलन सरोगर बांधा प्रचार सुना करके वो बड़ा पालनावा करने जाने करके मैं अपने गुरबांधा प्रचार रेगुलर करते हैं वो तरक्की का तो हम कह रहे हैं बाबा नाम कर रहे बाजा बाबा का नाम बाबा ज्वाला में करते हैं वाहे गुरु जी का करता वाहे गुरु जी का जय जय हम जनता है